ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੋੜਾ ਆਮ ਆਦਮੀ ਪਾਰਟੀ ਲਗਾਤਾਰ ਵੱਡੇ ਫੈਸਲੇ ਲੈਂਦੇ ਹੋਏ ਨਜ਼ਰ ਆ ਰਹੀ ਹੈ ਤੇ ਇਸ ਵੇਲੇ ਪੰਚਾਇਤੀ ਵਿਭਾਗ ਦੀਆਂ ਸਕੀਮਾਂ ਦੇ ਲਈ ਜਿੰਨੇ ਵੀ ਪਿਛਲੀ ਸਰਕਾਰ ਨੇ ਗ੍ਰਾਂਟਾਂ ਦਿੱਤੀਆਂ ਸੀ ਫੰਡ ਦਿੱਤੇ ਸੀ ਸਾਰਿਆਂ ਦੇ ਖਰਚਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਆ ਆਮदमी ਪਾਰਟੀ ਵੱਲੋਂ ਜੀहां ਬਿਲਕੁਲ ਚੰਨੀ ਸਰਕਾਰ ਕਿਉਂਕਿ 111 ਦਿਨ ਚੰਨੀ ਸਰਕਾਰ ਸੀ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਜਾਂਦੇ ਜਾਂਦੇ ਆਪਣੇ ਕੰਮ ਦਿਖਾਉਣ ਦੇ ਲਈ ਲੋਕਾਂ ਨੂੰ ਲੁਭਾਉਣ ਦੇ ਲਈ ਦੱਸਣ ਦੇ ਲਈ ਕਿ ਅਸੀਂ ਕਿੰਨਾ ਕੰਮ ਕਰ ਰਹੇ ਹਾਂ ਫੰਡ ਜਿਹੜੇ ਨੇ ਲਗਾਤਾਰ ਜਾਰੀ ਕੀਤੇ ਸੀ ਖੁੱਲੇ ਗੱਫੇ ਜਿਹੜੇ ਨੇ ਉਹ ਵੰਡੇ ਗਏ ਸੀ ਤੇ ਉਸ ਦਰਮਿਆਨ ਪਤਾ ਲੱਗਿਆ ਸੀ ਕਿ ਬਹੁਤ ਸਾਰੇ ਕਪਲੇ ਵੀ ਹੁੰਦੇ ਹੋਏ ਨਜ਼ਰ ਆਇਆ ਨੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਦੇਖਿਆ ਗਿਆ ਹੈ ਕਿ ਜਿੱਦਾਂ ਹੀ ਸਰਕਾਰ ਜਿਹੜੀ ਹੈ ਗ੍ਰਾਂਟਾ ਜਾਰੀ ਕਰ ਦਿੰਦੀ ਹੈ ਪਰ ਉਹ ਪੈਸਾ ਲੋਕਾਂ ਤੱਕ ਨਹੀਂ ਪਹੁੰਚਦਾ ਲੋਕਾਂ ਦੇ ਵਿਕਾਸ ਹੋਣ ਵਾਸਤੇ ਨਹੀਂ ਉਹ ਲਾਗੂ ਹੁੰਦਾ ਪਰ ਕਦੇ ਉਹ ਸਰਪੰਚ ਖਾ ਜਾਂਦੇ ਨੇ ਕਦੇ ਪੰਚਾਇਤ ਖਾ ਜਾਂਦੀ ਹੈ ਕਦੇ ਕਿਤੇ ਕਪਲੇ ਹੋ ਜਾਂਦੇ ਨੇ ਇਹ ਸਾਰੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇਸ ਤੋਂ ਪਹਿਲਾਂ ਬਹੁਤ ਵਾਰ ਸਾਧੂ ਸਿੰਘ ਧਰਮਸੋਤ ਜਦੋਂ ਗਏ ਸੀਗੇ ਆਪਣਾ ਪ੍ਰਚਾਰ ਕਰਨ ਦੇ ਲਈ ਤਾਂ ਉਦੋਂ ਵੀ ਦੱਸਿਆ ਗਿਆ ਕਿ ਨਹੀਂ ਪੱਥਰ ਹਰ ਵਾਰੀ ਰੱਖ ਦਿੱਤਾ ਜਾਂਦਾ ਹੈ ਗ੍ਰਾਂਟਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਦੱਸਿਆ ਜਾਂਦਾ ਪਰ ਉੱਥੇ ਬੜਦਾ ਕੁਝ ਨਹੀਂ ਹੈ ਕਿੰਨੇ ਕਿੰਨੇ ਸਾਲ ਨਹੀਂ ਪੱਥਰ ਜਿਹੜਾ ਹੈਗਾ ਉਦਾਂ ਦਾ ਉਦਾਂ ਪਿਆ ਰਹਿੰਦਾ ਪਰ ਉੱਥੇ ਕੰਮ ਸ਼ੁਰੂ ਨਹੀਂ ਹੁੰਦਾ ਜਿਸ ਚੀਜ਼ ਵਾਸਤੇ ਗ੍ਰਾਂਟ ਦਿੱਤੀ ਗਈ ਹੁੰਦੀ ਹੈ ਉੱਪਰੋਂ ਦੀ ਕਹਿ ਦਿੱਤਾ ਜਾਂਦਾ ਵੀ ਅਸੀਂ ਤਾਂ ਗ੍ਰਾਂਟ ਦੇ ਦਿੱਤੀ ਸੀਗੀ ਤੇ ਇੱਥੇ ਆ ਕੇ ਪਤਾ ਲੱਗਦਾ ਜੀ ਲ ਤਾਂ ਗਿਆ ਤਾਂ ਗਿਆ ਕਿੱਥੇ ਇਸ ਵਾਰ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਸੱਦੇ ਹੋ ਕੇ ਸਵਾਲ ਪੁੱਛੇ ਵੀ ਫਲਾਣਾ ਕੰਮ ਦੇ ਲਈ ਤੁਸੀਂ ਪੈਸੇ ਦਿੱਤੇ ਸੀ ਤਾਂ ਦੱਸੋ ਫਿਰ ਉਹ ਪੈਸੇ ਲੱਗੇ ਕਿੱਥੇ ਨੇ ਲੱਖ ਰੁਪਏ ਦਿੱਤਾ ਸੀ ਤਾਂ ਦੱਸਿਆ ਜਾਵੇ ਸਾਨੂੰ ਉਹ ਲੱਖ ਲੱਖ ਰੁਪਏ ਲੱਗਿਆ ਕਿੱਥੇ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੀਆਂ ਵੀ ਗ੍ਰਾਂਟਾਂ ਚੰਨੀ ਸਰਕਾਰ ਨੇ ਦਿੱਤੀਆਂ ਸੀ ਪੰਚਾਇਤੀ ਵਿਕਾਸ ਵਾਸਤੇ ਜਾਂ ਕਹਿ ਲਿਆ ਕਿ ਪੰਚਾਇਤੀ ਸਕੀਮਾਂ ਵਾਸਤੇ ਉਹ ਸਾਰੀਆਂ ਗ੍ਰਾਂਟਾਂ ਦੇ ਖਰਚਣ ਦੇ ਉੱਤੇ ਰੋਕ ਲਗਾ ਦਿੱਤੀ ਹੈ 11 ਤਰੀਕੇ ਦੀਆਂ ਗ੍ਰਾਂਟਾਂ ਦੇ ਉੱਤੇ ਪਤਾ ਲੱਗਿਆ ਹੈ ਕਿ ਰੋਕ ਲਗਾਈ ਗਈ ਹੈ ਇਸੋ ਵੱਥੋਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਪੰਚਾਇਤੀ ਰਾਜ ਮੰਤਰੀ ਕੁਲਦੀਪ ਧਾਲੀਵਾਲ ਨੇ ਇਹ ਫੈਸਲਾ ਕੀਤਾ ਹੈ ਉਹਨਾਂ ਵੱਲੋਂ ਦੇ ਆਰਡਰ ਜਾਰੀ ਕੀਤੇ ਗਏ ਨੇ ਕਹਿ ਦਿੱਤਾ ਗਿਆ ਹੈ ਕਿ ਹੁਣ ਜਿੰਨੇ ਵੀ ਪੈਸੇ ਵੰਡੇ ਗਏ ਸੀ ਜਿੰਨੀਆਂ ਗਰੰਟਾ ਦਿੱਤੀਆਂ ਗਈਆਂ ਸੀ ਉਹ ਨਈ ਖਰਚੀਆਂ ਜਾਣਗੀਆਂ ਤੈਅ ਕੀਤਾ ਗਿਆ ਹੈ ਕਿ ਜਿਹੜੇ ਵਿਧਾਇਕ ਨੇ ਉਹ ਪਿੰਡਾਂ ਦੇ ਵਿੱਚ ਜਾਣਗੇ ਉਹ ਦੇਖਣਗੇ ਕਿ ਕਿੱਥੇ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਮੁਰਤੋਂ ਇੱਕ ਪੂਰੀ ਲਿਸਟ ਬਣਾਈ ਜਾਏਗੀ ਕਿ ਕਿਹੜੇ-ਕਿਹੜੇ ਕੰਮਾਂ ਦੀ ਜ਼ਰੂਰਤ ਹੈ ਕਰਨ ਵਾਸਤੇ ਕਿੱਥੇ-ਕਿੱਥੇ ਵਿਕਾਸ ਦੀ ਜ਼ਰੂਰਤ ਹੈ ਕਿੰਨਾ ਪੈਸਾ ਕਿਹੜੀ ਚੀਜ਼ ਵਾਸਤੇ ਲੱਗਣਾ ਹੈ ਕਿੱਥੇ ਸੜ ਬਣਾਉਣ ਦੀ ਲੋੜ ਹੈ ਕਿੱਥੇ ਜਿਮ ਬਣਾਉਣ ਦੀ ਲੋੜ ਹੈ ਕਿੱਥੇ ਗਰਾਊਂਡ ਬਣਾਉਣ ਦੀ ਲੋੜ ਹੈ ਸੋ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਮੁਰਤੋਂ ਜਾਂਚਿਆ ਜਾਵੇਗਾ ਤੇ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ ਜਿਸ ਤੋਂ ਬਾਅਦ ਮੁਰਤੋਂ ਯਾਨੀ ਕਿ ਨਵੇਂ ਸਿਰੇ ਤੋਂ ਜੜੀਆਂ ਨੇ ਗ੍ਰਾਂਟਾਂ ਦਿੱਤੀਆਂ ਜਾਣ ਗਈਆਂ ਸੋ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਪੈਸਾ ਲੋਕਾਂ ਦਾ ਹੈ ਚਾਹੇ ਉਹ ਸਰਪੰਚ ਨੇ ਖਾਦਾ ਹੋਵੇ ਚਾਹੇ ਵਿਧਾਇਕ ਨੇ ਖਾਦਾ ਹੋਵੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਚਾਹੇ ਸਾਭਕਾ ਵਿਧਾਇਕ ਹੋਵੇ ਚਾਹੇ ਸਾਭਕਾ ਮੰਤਰੀ ਹੋਵੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੋ ਕੀਤੀ ਜਾਵੇਗੀ ਸੋ ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਇੱਕ ਤਾਂ ਨੰਬਰ ਜਾਰੀ ਕਰ ਦਿੱਤਾ ਗਿਆ ਕਿ ਜੇ ਕੋਈ ਤੁਹਾਡੇ ਤੋਂ ਕਰਪਸ਼ਨ ਲੈਂਦਾ ਤਾਂ ਤੁਸੀਂ ਉਹਦੀ ਵੀਡੀਓ ਬਣਾ ਕੇ ਉਸ ਨੰਬਰ ਦੇ ਉੱਤੇ ਭੇਜ ਦੇਣੀ ਹੈ ਤੇ ਕਾਰਵਾਈ ਕੀਤੀ ਜਾਏਗੀ ਦੂਸਰਾ ਇਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜੇ ਤੁਹਾਨੂੰ ਪਤਾ ਲੱਗਦਾ ਹੈ ਤਾਂ ਇਸ ਦੇ ਲਈ ਵੀ ਵੱਖਰੇ ਵਿਭਾਗ ਬਣੇ ਹੋਏ ਨੇ ਜਿੱਥੇ ਤੁਸੀਂ ਕੰਪਲੇਂਟਾਂ ਕਰ ਸਕਦੇ ਹੋ ਸੋ ਉੱਥੇ ਤੁਸੀਂ ਜਾਣਕਾਰੀ ਦੇ ਸਕਦੇ ਹੋ ਕਿੱਥੇ ਕਿੰਨੇ ਪੁਰਾਣੇ ਜਿਹੜੇ ਨੀ ਪੱਥਰ ਨੇ ਰੱਖੇ ਗਏ ਨੇ ਤੇ ਕਿੱਥੇ-ਕਿੱਥੇ ਕੰਮ ਨਹੀਂ ਹੋਇਆ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਸੋ ਸਾਰੀ ਚੀਜ਼ਾਂ ਤੁਸੀਂ ਦੱਸ ਸਕਦੇ ਹੋ ਸੋ ਇਹ ਫੈਸਲਾ ਕਿਤੇ ਨਾ ਕਿਤੇ ਮੁਰਤੋਂ ਵੱਡਾ ਮੰਨਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੱ ਆਮ ਆਦਮੀ ਪਾਰਟੀ ਵੱਲੋਂ ਦੀ ਕੀਤੇ ਜਾ ਰਹੇ ਨੇ ਸੋ ਇਸ ਫੈਸਲੇ ਦੇ ਉੱਤੇ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਸੋਚਦੇ ਹੋ ਤੇ ਹੋਰ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਕੰਮ ਕਰ ਸਕਦੀ ਹੈ ਕਿਸ ਤਰੀਕੇ ਦੇ ਨਾਲ ਹੋਰ ਵਿਕਾਸ ਕਾਰਜਾਂ ਦੇ ਉੱਤੇ ਫੈਸਲੇ ਲੈਣੇ ਚਾਹੀਦੇ ਨੇ ਉਹ ਸਾਰੀ ਚੀਜ਼ਾਂ ਵੀ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਸੋ ਹਰ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਜੁੜਾਂਗੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ